ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਬਖਸ਼ਿਸ਼ਾਂ ਦੀ ਕੁਝ ਕੁ ਜਿਹੜੀ ਝਲਕ ਘਟਨਾਵਾਂ ਹੈਗੀਆਂ ਜੋ ਬਹੁਤ ਹੀ ਰਹੱਸਮਈਆ ਉਹਨਾਂ ਘਟਨਾਵਾਂ ਦਾ ਵਰਨ ਅਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਸੋ ਇੱਕ ਲੜਕਾ ਜਿਸ ਦੀ ਉਮਰ ਤਕਰੀਬਨ 15 ਤੋਂ 20 ਸਾਲ ਦੀ ਵਿਚਕਾਰ ਸੀਗੀ ਇਹ ਜਿਹੜਾ ਬੱਚਾ ਸੀਗਾ ਇਹ ਦੱਖਣ ਦੇ ਇਲਾਕੇ ਦਾ ਸੀਗਾ ਲੇਕਿਨ ਇਹ ਬੜਾ ਜਿਹੜਾ ਬੱਚਾ ਸੀਗਾ ਇਹ ਲੱਤਾਂ ਤੋਂ ਅਪਾਜ ਸੀਗਾ ਤੇ ਪਿੰਗਲਾ ਸੀਗਾ ਇਸ ਨੂੰ ਕਿਸੇ ਨੇ ਦੱਸ ਪਈ ਕਿ ਅਗਰ ਤੂੰ ਧੰਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਵਿੱਚ ਜਾਵੇਂ ਨਾ ਕਿਸੇ ਵੀ ਤਰੀਕੇ ਨਾਲ ਅਗਰ ਇੱਥੇ ਪਹੁੰਚ ਜਾਵੇਂ ਤੇ ਤੇਰੇ ਉੱਤੇ ਧੰਗੁਰੂ ਰਾਮਦਾਸ ਦਾ ਸਮਰਧ ਦੀ ਵਕਸ਼ਿਸ਼ ਅਵਸ਼ਿ ਹੋ ਜੂਗੀ ਸੋ ਦੇਖੋ ਇਹ ਜਿਹੜਾ ਲੜਕਾ ਸੀਗਾ ਇਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚਾ ਉੱਥੇ ਜਾਦੇ ਪਹੁੰਚਾ ਪੈਰਾਂ ਤੋਂ ਚੱਲ ਨਹੀਂ ਸਕਦਾ ਲੱਤਾਂ ਕਮਜ਼ੋਰ ਸੀਗੇ ਇਸ ਕਰਕੇ ਉੱਠ ਬੈਠ ਨਹੀਂ ਸੀ ਸਕਦਾ ਇਹ ਲੜਕੇ ਨੂੰ ਦੇਖ ਕੇ ਇੱਥੇ ਜਿੰਨੀਆਂ ਵੀ ਜੜੀਆਂ ਸੰਗਤਾਂ ਆਉਂਦੀਆਂ ਨੇ ਦਰਬਾਰ ਸਭ ਜੜੀਆਂ ਸੇਵਾ ਕਰਦੀਆਂ ਝਾੜੂ ਦੀਆਂ ਜਾਂ ਹੋਰ ਵਾਦਨਾਂ ਦੀ ਸਫਾਈ ਸੇਵਾ ਕਰਦੀਆਂ ਉਸ ਤੋਂ ਦੇਖ ਕੇ ਨਾ ਇਸ ਲੜਕੇ ਦੇ ਅੰਦਰ ਵੀ ਇੱਕ ਇੱਛਾ ਪੈਦਾ ਹੋਇਆ ਵੀ ਮੈਂ ਵੀ ਸੇਵਾ ਕਰਾਂ ਸੋ ਇਸ ਬੱਚੇ ਨੇ ਕਿਉਂਕਿ ਖੜਾ ਕੇ ਕੰਮ ਨਹੀਂ ਸਿੱਕਾਰ ਸਕਦਾ ਇਸ ਨੇ ਕੀ ਕੀਤਾ ਕਿ ਜਿਹੜੀਆਂ ਸੰਗਤਾਂ ਸਵੇਰ ਨੂੰ ਜਦ ਦਰਬਾਰ ਸਾਹਿਬ ਜਿਹੜੇ ਸੀ ਉਹ ਸਫਾਈ ਦਾ ਪੋਚਾ ਲਾਉਂਦੀਆਂ ਹੁੰਦੀਆਂ ਸੀ ਇਹਦੇ ਮਨ ਦੇ ਵਿੱਚ ਵੀ ਆਇਆ ਕਿ ਮੈਂ ਵੀ ਹਨਾ ਕਪੜਾ ਲੈ ਕੇ ਪੋਚਾ ਦਰਬਾਰ ਸਾਹਿਬ ਦਾ ਲਾਉਣਾ ਸ਼ੁਰੂ ਕਰਾਂ ਪਰ ਇਸ ਨੂੰ ਕੋਈ ਆਲਦ ਵਾਲੇ ਕਪੜਾ ਨਹੀਂ ਮਿਲਿਆ ਇਸ ਲੜਕੇ ਨੇ ਆਪਣੀ ਕਮੀਜ਼ ਉਤਾਰ ਕੇ ਢਿੱਡ ਦੇ ਭਰਨੇ ਲੰਮੇ ਪਾ ਕੇ ਦਰਬਾਰ ਸਾਹਿਬ ਦੀ ਜਿਹੜੀ ਪ੍ਰਕਰਮਾ ਸੀ ਉੱਤੇ ਪੋਚੇ ਲਾਉਣੇ ਸ਼ੁਰੂ ਕਰ ਦਿੱਤੇ ਜਦ ਇਸ ਤਰ੍ਹਾਂ ਪੇਟ ਭਰਨੇ ਲੰਮੇ ਹੋ ਕੇ ਨੇ ਪੋਚੇ ਲਉਣੇ ਸ਼ੁਰੂ ਕੀਤੇ ਜਦ ਸੰਗਤਾਂ ਇਸ ਨੂੰ ਤੱਕਦੀਆਂ ਤੇ ਤੱਕਣ ਦੇ ਨਾਲ ਹਰੇਕ ਸੰਗਤਾਂ ਦੇ ਮਨ ਦੇ ਵਿੱਚ ਦਇਆ ਆ ਜਾਂਦੀ ਆ ਕਿ ਦੇਖੋ ਬੱਚਾ ਅਪਾਜ ਹੋ ਹੈਗਾ ਚੱਲ ਫੇਰ ਨਹੀਂ ਸਕਦਾ ਉੱਠ ਬੈਠ ਨਹੀਂ ਸਕਦਾ ਪਰ ਸੇਵਾ ਦੇ ਵਿੱਚ ਇੰਨਾ ਮਸਤ ਹੈ ਕਿ ਇੰਨੀ ਗਰਮੀ ਦੇ ਵਿੱਚ ਵੀ ਇਹ ਦੇਖੋ ਪੇਟ ਭਰਨੇ ਲੰਮਾ ਪਾ ਕੇ ਰਿੰਗ ਰਿੰਗ ਕੇ ਪੋਚੇ ਲਾ ਰਿਹਾ ਹੈਗਾ ਸੋ ਇਸ ਬੱਚੇ ਦੀ ਉਤਸੁਕਤਾ ਦੇਖ ਕੇ ਉਤਸ਼ਾਹ ਦੇਖ ਕੇ ਕਈਆਂ ਦੇ ਮਨ ਦੇ ਵਿੱਚ ਧੰਗੁਰੂ ਰਾਮਦਾਸ ਮਰਦ ਦੇ ਚਰਨਾਂ ਦੇ ਵਿੱਚ ਅਰਦਾਸ ਦੀ ਜੋ ਪੁਕਾਰ ਫੁਰੀ ਆ ਉਹ ਇਹ ਹੀ ਆ ਕਿ ਸੱਚੇ ਪਾਤਸ਼ਾਹ ਇਸ ਦੇ ਅੰਦਰ ਜੋ ਵੀ ਫੁਰਨਾ ਹਨ ਉਸ ਤੇ ਕਿਰਪਾ ਕਰਕੇ ਇਸ ਬੰਦੇ ਨੂੰ ਨਵੀਂ ਜ਼ਿੰਦਗੀ ਬਖਸ਼ ਇਸ ਦੇ ਹਨ ਫੁਰਨੇ ਨੂੰ ਭਾਗ ਲਾ ਦੇਖੋ ਉਹੀ ਗੱਲ ਹੋਈ ਹਜੇ ਕੁਝ ਦਿਨ ਹੋਏ ਸੀ ਤੇ ਦਾਸ ਨੂੰ ਇੱਕ ਸਿੰਘ ਦੱਸ ਦੇ ਸੀ ਕਿ ਉਸ ਟਾਈਮ ਇਸ ਬੱਚੇ ਤੇ ਐਸੀ ਧੰਗੁਰੂ ਰਾਮਦਾਸ ਮਹਾਰਾਜ ਦੀ ਥੋੜੇ ਹੀ ਦਿਨਾਂ ਦੇ ਵਿੱਚ ਕਿਰਪਾ ਹੋਈ ਕਿ ਇਹ ਜਦ ਬੱਚਾ ਇੱਕ ਦਿਨ ਲੰਮੇ ਪਾ ਕੇ ਤਾਂ ਢਿੱਡ ਭਰਨੇ ਹੋ ਕੇ ਦੇ ਪ੍ਰਕਰਮਾਂ ਤੇ ਪਹੁੰਚੇ ਲਾ ਰਿਹਾ ਸੀਗਾ ਤੇ ਕਿਸੇ ਗੁਪਤ ਸ਼ਕਤੀ ਨੇ ਇਸ ਨੂੰ ਹਨਾ ਉੱਪਰ ਚੱਕਣਾ ਸ਼ੁਰੂ ਕਰ ਦਿੱਤਾ ਜਦ ਉੱਪਰ ਚੱਕਣਾ ਸ਼ੁਰੂ ਕਰ ਦਿੱਤਾ ਇਸ ਬੱਚੇ ਨੂੰ ਇਨ੍ਹਾਂ ਕਾਰਨਾਮੇ ਨਾ ਕੋਤਕਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਜਦੋਂ ਉਹਦਾ ਜਿਹੜਾ ਸਰੀਰ ਸੀਗਾ ਹਵਾ ਦੇ ਵਿੱਚ ਉੱਪਰ ਨੂੰ ਖਿੱਚ ਹੋਣ ਲੱਗਾ ਤਾਂ ਬੱਚਾ ਕਬਰ ਆ ਗਿਆ ਕਬਰਾ ਕੇ ਉਹਨੇ ਨਾ ਚੀਕਾਂ ਮਾਰਨੀ ਸ਼ੁਰੂ ਕਰ ਦਿੰਦੀ ਆ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ ਜਦੋਂ ਉਹਨੇ ਇਸ ਤਰ੍ਹਾਂ ਜਿਹੜਾ ਸੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਅਚੰਚੇਤ ਸੰਗਤ ਜਿਹੜੀ ਪ੍ਰਕਰਮਾਂ ਤੇ ਸੀਗੀ ਜਿਹੜੀ ਇਸ ਬੱਚੇ ਨੂੰ ਤੱਕ ਰਹੀ ਸੀ ਇਹਦੇ ਕੋਲ ਇਕੱਠੀ ਹੋ ਗਈ ਤੇ ਉਸ ਨੂੰ ਪੁੱਛਿਆ ਵੀ ਕੀ ਗੱਲ ਹੋਈ ਤੇ ਬੱਚਾ ਕਹਿਣ ਲੱਗਾ ਕਿ ਪਤਾ ਨਹੀਂ ਮੈਨੂੰ ਕੋਈ ਹਨਾ ਹਵਾ ਦੇ ਵਿੱਚ ਤਾਂ ਉਹਨੂੰ ਜਿਹੜਾ ਹੈਗਾ ਉਹ ਖਿੱਚ ਰਿਹਾ ਆਪਣੇ ਵੱਲ ਜਦ ਬੱਚੇ ਨੇ ਇਸ ਤਰ੍ਹਾਂ ਜਿਹੜੀ ਸੀ ਸੰਗਤ ਨੂੰ ਦੱਸਿਆ ਤੇ ਸੰਗਤ ਦਾ ਇਹ ਵਿੱਚ ਇੱਕ ਦੋ ਪ੍ਰੇਮੀ ਉਹ ਸਮਝ ਗਏ ਕਿ ਇਸ ਬੱਚੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਆ ਫਿਰ ਉਹਨਾਂ ਨੇ ਆ ਕੇ ਉਸ ਬੱਚੇ ਨੂੰ ਕਿਹਾ ਕਿ ਅਗਰ ਤੈਨੂੰ ਕੋਈ ਉੱਪਰ ਨੂੰ ਖਿੱਚ ਰਿਹਾ ਹੈਗਾ ਤਾਂ ਤੂੰ ਆਪਣੇ ਆਪ ਨੂੰ ਥੱਲੇ ਨਾ ਖਿੱਚ ਉਸ ਚੀਜ਼ ਦਾ ਵਿਰੋਧ ਨਾ ਕਰ ਤੂੰ ਆਪਣੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦੇ ਤੇ ਫੇਰੇ ਦੇਖਦੇ ਵੀ ਕੀ ਹੁੰਦਾ ਹੈ ਜਦ ਇੰਨੀ ਗੱਲ ਹੋਈ ਆ ਤੇ ਇਸ ਬੱਚੇ ਨੇ ਸਾਰੀ ਸੰਗਤ ਦਾ ਕਿਹਾ ਮੰਨ ਕੇ ਜਦ ਆਪਣੇ ਸ੍ਰੀ ਨੂੰ ਬਿਲਕੁਲ ਢਿੱਲਾ ਛੱਡ ਦਿੱਤਾ ਤੇ ਇਹ ਬੱਚਾ ਜਿਹੜਾ ਸੀ ਇਹ ਹਵਾ ਦੇ ਵਿੱਚ ਜਿਹੜਾ ਪੈਰਾਪਰ ਖੜਾ ਨਹੀਂ ਸੀ ਹੋ ਸਕਦਾ ਬਿਲਕੁਲ ਫਵਾਜ ਸੀਗਾ ਇਹ ਬਿਲਕੁਲ ਹਵਾ ਦੀ ਬੱਚਾ ਖੜਾ ਹੋ ਗਿਆ ਸਿੱਧਾ ਜਦ ਹਵਾ ਦੇ ਵਿੱਚ ਸਿੱਧਾ ਖੜਾ ਹੋ ਗਿਆ ਉਸ ਤੋਂ ਬਾਅਦ ਇਹਦੇ ਪੈਰ ਜਿਹੜੇ ਸੀ ਮਾਲਕਚਾਰੇ ਧਰਤੀ ਦੇ ਨਾਲ ਲੱਗੇ ਤੇ ਇਹ ਲੜਕਾ ਜਿਹੜਾ ਸੀਗਾ ਨੌ ਵਰਨੌ ਹੋ ਗਿਆ ਬਿਲਕੁਲ ਚਰਨ ਫੰਦੇ ਯੋਗ ਹੋ ਗਿਆ ਜਿਹੜੇ ਕੰਮ ਅੱਜ ਦੇ ਜਿਹੜੇ ਵਿਗਿਆਨਿਕ ਹੈਗੇ ਆ ਜਾਂ ਮੈਡੀਕਲ ਡਾਕਟਰ ਸਾਇੰਸ ਵਾਲੇ ਨਹੀਂ ਕਰ ਸਕਦੇ ਦੇਖੋ 2-4 ਦਿਨਾਂ ਦੇ ਬਾਅਦ ਹੀ ਇਸ ਲੜਕੇ ਤੇ ਐਸੀ ਕਿਰਪਾ ਹੋਈ ਸੀ ਕਿ ਪੂਰੀ ਤਰ੍ਹਾਂ ਚੱਲਣ ਯੋਗ ਦੇ ਸਮਰੱਥ ਹੋ ਗਿਆ ਸੋ ਇਸੇ ਤਰ੍ਹਾਂ ਇੱਕ ਸਰਦਾਰ ਸਰੂਪ ਸਿੰਘ ਜੀ ਲਾਗੋ ਆ ਉਹਨਾਂ ਨੇ ਵੀ ਆਪਣੇ ਜੀਵਨ ਦੀ ਇੱਕ ਬੜੀ ਵਿਚਿਤਰ ਘਟਨਾ ਦੱਸੀ ਉਹਨਾਂ ਨੇ ਦੱਸਿਆ ਕਿ ਤਕਰੀਬਨ ਅੱਜ ਤੋਂ 50 ਸਾਲ ਪਹਿਲਾਂ ਜਦੋਂ ਉਹ ਯੂਕੇ ਲੰਡਨ ਸ਼ਹਿਰ ਦੇ ਵਿੱਚ ਗਏ ਸੀ ਉਹਨਾ ਟਾਈਮ ਵੱਲ ਦੇ ਵਿੱਚ ਕਹਿੰਦੇ ਅਸੀਂ ਇਹਨਾਂ ਸਵੇਰ ਨੂੰ ਸੈਰ ਕਰਨ ਬਾਹਰ ਜਾ ਰਹੇ ਸੀ ਜਦ ਜਾ ਰਹੇ ਸੀ ਤਾਂ ਇੱਕ ਡੇਬ ਨਾਂ ਦਾ ਗੋਰਾ ਜਿਹੜਾ ਆਪਣੇ ਘਰ ਦੇ ਮੋਰੇ ਘਾਹ ਦੀ ਕਟਿੰਗ ਕਰ ਰਿਹਾ ਸੀ ਕਹਿੰਦੀ ਉਹਦੀ ਨਜ਼ਰ ਸਾਡੇ ਤੇ ਪੈ ਗਈ ਤੇ ਕਹਿੰਦੇ ਉਹ ਗੋਰਾ ਸਾਡੇ ਕੋਲ ਆਇਆ ਤੇ ਸਾਨੂੰ ਕਹਿੰਦੇ ਫਤਿਹ ਬੁਲਾ ਕੇ ਆਪਣੇ ਘਰ ਦੇ ਅੰਦਰ ਲੈ ਗਿਆ ਜਦ ਸਰਦਾਰ ਸਰੂਪ ਸਿੰਘ ਜੀ ਲੱਗ ਕਹਿੰਦੇ ਅਸੀਂ ਜਦ ਉਹਦੇ ਘਰ ਦੇ ਗਏ ਆ ਤੇ ਅਸੀਂ ਕੀ ਦੇਖਿਆ ਕਿ ਉਹਦੇ ਘਰ ਦੇ ਵਿੱਚ ਲਾਲ ਰੰਗ ਦੀ ਦਰੀ ਬਿਸ਼ੀ ਹੋਈ ਸੀ ਤੇ ਉਹਨੇ ਸਾਨੂੰ ਉਹਨਾਂ ਘਰ ਦੇ ਇੱਕ ਸੋਫੇ 'ਤੇ ਬਿਠਾਤਾ ਪਰ ਹਰਾਨੀ ਦੀ ਗੱਲ ਹੋਈ ਕਿ ਉਸੇ ਹੀ ਘਰ ਦੇ ਅੰਦਰ ਦਰਬਾਰ ਸਾਹਿਬ ਦਾ ਪੂਰਾ ਚਿੱਤਰ ਜਿਹੜਾ ਸੀ ਇੱਕ ਕੰਧ ਦੇ ਉੱਤੇ ਲੱਗਾ ਹੋਇਆ ਸੀਗਾ ਜਦੋਂ ਕਿੰਦੇ ਅਸੀਂ ਉਹ ਚਿੱਤਰ ਪਾਲ ਦੇਖਿਆ ਸੀ ਬੜੇ ਹੈਰਾਨ ਹੋਏ ਕਿ ਇੱਥੇ ਲੰਡਨ ਦੇ ਵਿੱਚ ਇਸ ਗੋਰੀ ਦੇ ਘਰ ਸ੍ਰੀ ਦਰਬਾਰ ਸਾਹਿਬ ਜੀ ਦਾ ਸਾਰਾ ਚਿੱਤਰ ਲੱਗਾ ਹੋਇਆ ਹੈ ਤੇ ਉਹ ਗੋਰਾ ਜਿਹੜਾ ਡੇਬ ਸੀਗਾ ਉਹ ਆਪਣੀ ਕਿਚਨ ਤੇ ਚਲਾ ਗਿਆ ਤੇ ਉਹਨੇ ਕੌਫੀ ਤਿਆਰ ਕਰਕੇ ਜਦੋਂ ਲੈ ਕੇ ਆਇਆ ਤੇ ਕਹਿੰਦੇ ਫਿਰ ਅਸੀਂ ਜਦ ਕੌਫੀ ਪੀਣ ਲੱਗੇ ਤੇ ਉਸ ਗੋਰੀ ਨੇ ਸਾਨੂੰ ਪਹਿਲਾ ਸਵਾਲ ਕੀਤਾ ਕਿ ਤੁਸੀਂ ਆ ਜਿਹੜਾ ਕੰਧ ਤੇ ਚਿੱਤਰ ਦੇਖਦੇ ਆ ਸ੍ਰੀ ਦਰਬਾਰ ਸਾਹਿਬ ਦਾ ਲੱਗਾ ਇਹਦੇ ਬਾਰੇ ਟੱਡਾ ਕੀ ਖਿਆਲ ਹੈ ਜਦ ਇਨੀ ਗੱਲ ਹੋਈ ਤਾਂ ਫਿਰ ਸਦਾ ਸਰੂਪ ਸਿੰਘ ਜੀ ਲੱਗੇ ਆਣ ਲੱਗੇ ਕਹਿੰਦੇ ਵੀ ਮੈਂ ਉਹਨੂੰ ਕਿਹਾ ਕਿ ਇਸ ਚੀਜ਼ ਨੂੰ ਦੇਖ ਕੇ ਹਨਾ ਦੋ ਚੀਜ਼ਾਂ ਮੇਰੇ ਮਨ ਦੇ ਵਿੱਚ ਆਉਂਦੀਆਂ ਪਹਿਲੀ ਤਾਂ ਚੀਜ਼ ਆ ਕਿ ਮੈਨੂੰ ਖੁਸ਼ੀ ਬਹੁਤ ਆ ਕਿ ਇਹ ਇੰਗਲੈਂਡ ਸ਼ਹਿਰ ਲੰਡਨ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦਾ ਜਿਹੜਾ ਚਿੱਤਰ ਹੈਗਾ ਉਹ ਟੱਡੇ ਘਰ ਦੇ ਵਿੱਚ ਬਹੁਤ ਸ਼ੋਭਾ ਪਾ ਰਿਹਾ ਹੈਗਾ ਇਹਦੀ ਮੈਨੂੰ ਬਹੁਤ ਖੁਸ਼ੀ ਆ ਪਰ ਦੂਸਰੀ ਮੈਨੂੰ ਇਸ ਗੱਲ ਦੀ ਹੈਰਾਨੀ ਵੀ ਆ ਕਿ ਤੁਸੀਂ ਅਸਾਈ ਮਤ ਨੂੰ ਮੰਨਣ ਵਾਲੇ ਇਸ ਤਾਂ ਦਰਬਾਰ ਸਾਹਿਬ ਦਾ ਜਿਹੜਾ ਵੱਡਾ ਤਸਵੀਰ ਆਪਣੇ ਘਰ ਦੇ ਵਿੱਚ ਕਿਵੇਂ ਲਗਾਈ ਹੋਈ ਆ ਫਿਰ ਦੇਖੋ ਫਿਰ ਉਹ ਗੋਰੇ ਡੇਵ ਨੇ ਸਰਦਾਰ ਸਰੂਪ ਸਿੰਘ ਲੱਗ ਨੂੰ ਦੱਸਿਆ ਸੀਗਾ ਕਹਿੰਦੇ ਵੀ ਇਹ ਉਹਨਾਂ ਦਿਨਾਂ ਦੀ ਗੱਲ ਹੈਗੀ ਆ ਕਿ ਜਦੋਂ ਮੇਰੇ ਨਾਲ ਇੱਕ ਬੜੀ ਬਹੁਤ ਹੀ ਅਚਾਰਜਮਈ ਘਟਨਾ ਘਟੀ ਸੀ ਜਿਸ ਘਟਨਾ ਦੀ ਜਿਹੜੀ ਆ ਉਹ ਜਾਣਕਾਰੀ ਉਸ ਡੇਵ ਨੇ ਸਰਦਾਰ ਸਰੂਪ ਸਿੰਘ ਲੱਗ ਨੂੰ ਦਿੱਤੀ ਸੀ ਸੋ ਸਰਦਾਰ ਡੇਵ ਨੇ ਕਿਹਾ ਸੀਗਾ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਆਪਣੇ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਸਾਡਾ ਇੱਕ ਜਿੰਨੇ ਵੀ ਸਟੂਡੈਂਟ ਸੀ ਉਹਨਾਂ ਦਾ ਇੱਕ ਟੂਰ ਪ੍ਰੋਗਰਾਮ ਇੰਡੀਆ ਦਾ ਬਣਿਆ ਸੀਗਾ ਕਹਿੰਦੇ ਇਹ 20 ਦਿਨ ਦਾ ਸਾਡਾ ਜਿਹੜਾ ਸੀਗਾ ਉਹ ਟੂਰ ਦਾ ਪ੍ਰੋਗਰਾਮ ਸਾਡਾ ਇੰਡੀਆ ਜਾਣ ਦਾ ਬਣਿਆ ਸੀਗਾ ਸਭ ਤੋਂ ਪਹਿਲਾਂ ਕਹਿੰਦੇ ਅਸੀਂ ਪਾਕਿਸਤਾਨ ਗਏ ਆ ਜਦ ਇਹ ਕਹਿੰਦੇ ਅਸੀਂ ਪਾਕਿਸਤਾਨ ਪਹੁੰਚੇ ਆ ਤੇ ਉੱਥੇ ਕਹਿੰਦੇ ਇੱਕ ਹੋਟਲ ਦੇ ਵਿੱਚ ਜਿੱਦ ਅਸੀਂ ਰਾਤ ਠਹਿਰੇ ਆ ਤੇ ਉੱਥੇ ਦਾ ਇੱਕ ਬੇਟਰ ਮੁਸਲਮਾਨ ਸੀਗਾ ਕਿੰਦਾ ਜਦੋਂ ਅਸੀਂ ਸਵੇਰੇ ਜਿਹੜੇ ਜਾਣ ਲੱਗੇ ਤੇ ਉਸ ਬੇਟਰ ਮੁਸਲਮਾਨ ਨੇ ਦੇ ਬਹਿ ਕਹਿਣ ਲੱਗੇ ਕਿ ਸਾਨੂੰ ਕਿਹਾ ਕਿ ਮੈਂ ਤੁਹਾਡਾ ਜਿਹੜਾ ਟੂਰ ਪ੍ਰੋਗਰਾਮ ਸਾਰਾ ਬਦ ਲਿਆ ਹੈਗਾ ਤੇ ਮੈਨੂੰ ਪਤਾ ਹੈਗਾ ਕਿ ਤੁਸੀਂ ਹੁਣ ਇਸ ਤੋਂ ਬਾਅਦ ਅੰਮ੍ਰਿਤਸਰ ਧੰਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਨੇ ਜਾਓਗੇ ਉਸ ਤੋਂ ਬਾਅਦ ਕਿੰਨੇ ਵੀ ਉਸੇ ਹੀ ਮੁਸਲਮਾਨ ਨੇ ਜਿਹੜੇ ਸੀ ਮੈਨੂੰ ਆਪਣੀ ਦਸਵੰਧ ਦੀ ਜੋ ਭੇਟਾ ਦਿੱਤੀ ਮੇਰੇ ਹੱਥਾਂ 'ਚ ਤੇ ਮੈਨੂੰ ਇਹ ਕਿਹਾ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਜਾਓਗੇ ਤੇ ਇਹ ਭੇਟਾ ਧੰਗੁਰੂ ਆਰਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਕਰ ਦੇਣੀ ਜਦ ਡੇਵ ਕਹਿਣ ਲੱਗੇ ਕਿ ਜਦੋਂ ਮੈਨੂੰ ਉਹ ਮੁਸਲਮਾਨ ਜਿਹੜਾ ਵੇਟਰ ਦਾ ਕੰਮ ਕਰਦਾ ਹੈ ਹੋਟਲ 'ਚ ਜਦ ਉਹਨੇ ਮੈਨੂੰ ਪੈਸੇ ਦਿੱਤੇ ਤੇ ਮੈਂ ਉਹਦੇ ਵੱਲ ਦੇਖ ਕੇ ਬੜਾ ਹੈਰਾਨ ਹੋਇਆ ਤੇ ਮੈਨੂੰ ਖੁਸ਼ੀ ਵੀ ਹੋਈ ਹੈਰਾਨੀ ਇਸ ਗੱਲ ਦੀ ਹੋਈ ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਮੁਸਲਮਾਨ ਪਰ ਤੁਸੀਂ ਕਿਉਂਕਿ ਉਹ ਦਰਬਾਰ ਸਾਹਿਬ ਤਾਂ ਸਿੱਖਾਂ ਦਾ ਹੈਗਾ ਤੇ ਤੁਸੀਂ ਆਪਣਾ ਜਿਹੜੇ ਪਟਾਵਾ ਹੈਗੀਆਂ ਜੋ ਦਸਬੰਦ ਦਾ ਭੇਟਾ ਪੈਸਾ ਹੈਗਾ ਉੱਥੇ ਕਿਉਂ ਦੇਣਾ ਚਾਹੁੰਦੇ ਆ ਫਿਰ ਕਹਿੰਦੇ ਉਸ ਮੁਸਲਮਾਨ ਨੇ ਸਾਨੂੰ ਇਹ ਦੱਸਿਆ ਸੀਗਾ ਕਿ ਸਨ 47 ਦੀ ਵੰਡ ਤੋਂ ਪਹਿਲਾਂ ਮੈਂ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਹਿੰਦਾ ਸੀਗਾ ਤੇ ਮੈਂ ਹਰ ਰੋਜ਼ ਆਪਣੇ ਪਰਿਵਾਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਸੀ। ਤੇ ਇੱਥੇ ਅਸੀਂ ਕਿੰਟਾ ਬੰਦੀ ਸੇਵਾ ਵੀ ਕਰਦੇ ਹੁੰਦੇ ਸੀ, ਕੀਰਤਨ ਵੀ ਸਰਬਨ ਕਰਦੇ ਹੁੰਦੇ ਸੀ। ਪਰ ਦੇਸ਼ ਦੇ ਵਟਵਾਰੇ ਤੋਂ ਬਾਅਦ ਅਸੀਂ ਆਪਣੇ ਘਰ ਇੱਧਰ ਪਾਕਿਸਤਾਨ ਆ ਗਏ। ਪਰ ਮੇਰੀ ਸ਼ਰਧਾ ਅਜੇ ਵੀ ਧੰਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਜਿਉਂ ਦੀ ਤਿਉਂ ਹੀ ਰਹਿੰਦੀ ਆ। ਤੇ ਮੈਂ ਆਪਣੇ ਦਸਬੰਧ ਦੇ ਸਾਰੇ ਪੈਸੇ ਇਕੱਠੇ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਰਬਾਰ ਸਾਹਿਬ ਧੰਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਜ਼ਰੂਰ ਪੇਟਾ ਕਰਦਾ ਹੈਗਾ। ਇਹ ਤਾਂ ਡੇਵ ਕਹਿਣ ਲੱਗੇ ਕਿ ਮੈਨੂੰ ਉਸ ਮੁਸਲਮਾਨ ਵੇਟਰ ਨੇ ਇਹ ਸਾਰੀ ਗੱਲ ਦੱਸੀ ਸੀ ਤੇ ਕਿੰਨੇ ਮੇਰੇ ਮਨ ਦੇ ਵਿੱਚ ਹੋਇਆ ਕਿ ਇਹ ਹੋਏ ਅਗਰ ਐਡਾ ਵੱਡਾ ਸਥਾਨ ਹੈ ਕਿ ਜਿੱਥੇ ਸਿੱਖ ਕੀ ਹੈ ਸਾਰੇ ਧਰਮਾਂ ਦੇ ਲੋਕ ਖਾਸ ਕਰਕੇ ਮੁਸਲਮਾਨ ਜਿਹੜੇ ਆ ਉਹ ਵੀ ਐਡੀ ਉਪਾਰ ਸ਼ਰਧਾ ਰੱਖਦੇ ਆ ਤੇ ਫਿਰ ਇਸ ਸਥਾਨ ਦੀ ਕੋਈ ਜ਼ਰੂਰ ਨਵੇਕਲੀ ਗੱਲ ਹੋਊਗੀ ਕਿ ਜਿਸ ਗੱਲ ਨੇ ਕਿੰਨੇ ਮੈਨੂੰ ਬੜਾ ਜਿਹੜਾ ਸਗਾ ਉਹ ਖਲੂਣਾ ਦਿੱਤਾ ਅੰਦਰ ਬੜਾ ਅਤਿਸ਼ਾਦ ਜਗਾਇਆ ਤੇ ਮੇਰੇ ਅੰਦਰ ਸਿੱਕੀ ਕਿ ਮੈਂ ਇਸ ਚੀਜ਼ ਦੀ ਖੋਜ ਕਰਨੀ ਹੈ ਕਿ ਅਕਸਰ ਸਾਰੇ ਧਰਮਾਂ ਦੇ ਲੋਕ ਇਸ ਜਗ੍ਹਾ ਦੇ ਉੱਤੇ ਆਪਣੀ ਸ਼ਰਧਾ ਭਾਵਨਾ ਦੇ ਨਾਲ ਕਿਉਂ ਜੁੜੇ ਹੋਏ ਆ ਫਿਰ ਡੇਵ ਕਹਿਣ ਲੱਗੇ ਕਿ ਜਦੋਂ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਪਹੁੰਚੇ ਆ ਤੇ ਜਦ ਮੈਂ ਕਹਿੰਦੇ ਇੱਥੇ ਦਾ ਲੋਕ ਕਾ ਨਜ਼ਾਰਾ ਦੇਖਿਆ ਤੇ ਮਨ ਦੇਖ ਕੇ ਕਹਿੰਦੇ ਮੈਂ ਮੈਂ ਇੰਨਾ ਹੈਰਾਨ ਹੋਇਆ ਤੇ ਇੰਨੀ ਮੇਰੇ ਮਨ ਚ ਖੁਸ਼ੀ ਆਈ ਕਿ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਹੁਣ ਇੱਥੇ ਹੀ ਸੇਵਾ ਕਰੂੰਗਾ ਤੇ ਜਿੰਨੇ ਵੀ 20 ਦਿਨ ਦਾ ਟੂਰ ਦਾ ਪ੍ਰੋਗਰਾਮ ਹੈ ਮੈਂ ਦੂਸਰੀ ਜਗ੍ਹਾ ਨਹੀਂ ਜਾਊਂ ਕੇਵਲ ਤੇ ਕੇਵਲ ਇਹ ਸਾਰਾ 20 ਦਿਨ ਦਾ ਪ੍ਰੋਗਰਾਮ ਦਰਬਾਰ ਸਾਹਿਬ ਸੇਵਾ ਕਰਕੇ ਇੱਥੇ ਦਾ ਸਾਰਾ ਜੋ ਪ੍ਰਬੰਧਕ ਕਾਰਜ ਹੈਗਾ ਉਸ ਦੇ ਵਿੱਚ ਆਪਣੀ ਸਮੂਲੀਅਤ ਕਰਕੇ ਸਾਰਾ ਕਾਰਜ ਜਿਹੜਾ ਆਪਣੀ ਅੱਖੀਂ ਦੇਖ ਕੇ ਫੇਰ ਹੀ ਕਹਿੰਦੇ ਮੈਂ ਵਾਪਸ 20 ਦਿਨ ਦਾ ਟੂਰ ਪੂਰਾ ਕਰਕੇ ਵਾਪਸ ਇੰਗਲੈਂਡ ਜਾਵਾਂਗਾ ਫਿਰ ਸਰਦਾਰ ਡੇਵ ਕਹਿਣ ਲੱਗੇ ਕਿ ਜਦੋਂ ਸਵੇਰ ਨੂੰ ਅਮਰਤ ਵੇਲਾ ਹੁੰਦਾ ਹੈ ਤਾਂ ਤਨਗੁਰ ਗ੍ਰੰਤ ਸਾਹਿਬ ਦੀ ਜਿਹੜੀ ਸੋਭਾ ਜਦ ਪਾਲਕੀ ਦੇ ਵਿੱਚ ਆਉਂਦੀ ਆ ਤੇ ਉਸ ਨੂੰ ਦੇਖ ਕੇ ਕਹਿੰਦੇ ਵੀ ਮੈਂ ਇੰਨਾ ਹੈਰਾਨ ਹੋ ਗਿਆ ਕਿ ਇੰਨਾ ਖੁਸ਼ ਹੋ ਗਿਆ ਕਿ ਮੈਂ ਇਹੋ ਜਿਹੇ ਸਾਰੇ ਜਿੰਨੀਆਂ ਵੀ ਮਰਜ਼ਾਦਾ ਦੇ ਪ੍ਰੋਗਰਾਮ ਸੀ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖੇ ਸੀਗੇ ਤੇ ਉਹਨਾਂ ਟਾਈਮਾਂ ਦੀ ਬਜੇ ਕਿੰਨੇ ਵੀ ਕਿ ਮੈਂ ਜਦ ਪਹਿਲੇ ਦਿਨ ਜਿਹੜਾ ਸੀ ਧੰਨ ਗੁਰਗ੍ਰਾਮ ਸਾਹਿਬ ਦਾ ਸਰੂਪ ਪਾਲਕੀ ਵਿੱਚ ਆ ਰਿਹਾ ਸੀਗਾ ਤੇ ਮੈਂ ਖੜਾ ਦੇਖ ਰਿਹਾ ਸੀਗਾ ਤਾਂ ਅਚਨ ਚੇਤ ਕਹਿੰਦੇ ਇੱਕ ਸਿੰਘ ਨੇ ਮੈਨੂੰ ਦੇਖਦੇ ਹੋਏ ਕਿਹਾ ਕਿ ਤੁਸੀਂ ਕੀ ਦੇਖਦੇ ਤੁਸੀਂ ਵੀ ਇਸ ਪਾਲਕੀ ਨੂੰ ਕਹਿੰਦੇ ਮੋਂਡਾ ਲਾ ਦਿਓ ਬਸ ਫਿਰ ਕੀ ਸੀ ਦੇਵ ਕਹਿੰਦੇ ਮੈਂ ਛਾਲ ਮਾਰ ਕੇ ਪਾਲਕੀ ਦੇ ਕੋਲ ਪਹੁੰਚ ਗਿਆ ਤਾਂ ਮੋਂਡਾ ਲਾ ਕੇ ਫਿਰ ਇੱਥੇ ਸਾਰੀ ਜਿਹੜੀ ਉਹ ਸੇਵਾ ਕਰਦਿਆ ਰਿਹਾ ਉਸ ਤੋਂ ਬਾਅਦ ਕਿੰਦੇ ਵੀ ਜਿਹੜਾ ਸਾਡਾ ਅਗਲਾ ਪ੍ਰੋਗਰਾਮ ਸੀ ਦਰਬਾਰ ਸਾਹਿਬ ਤੋਂ ਜਾਣ ਦਾ ਕਹਿੰਦੇ ਮੈਂ ਸਾਥੀਆਂ ਨੂੰ ਕਹਿੰਦਾ ਕਿ ਤੁਸੀਂ ਜਿੱਥੇ ਵੀ ਜਾਣਾ ਹੈ ਚਲੇ ਜਾਓ ਪਰ ਮੈਂ 20 ਦਿਨ ਦਾ ਟੂਰ ਜਿਹੜਾ ਹਨ ਹੁਣ ਦਰਬਾਰ ਸਾਹਿਬ ਸੇਵਾ ਦੇ ਵਿੱਚ ਪੂਰਾ ਕਰਕੇ ਮੈਂ ਤੁਹਾਨੂੰ ਦਿੱਲੀ 에어ਪੋਰਟ ਮਿਲੂੰਗਾ ਫਿਰ ਸਦਾ ਡੇਵ ਕਹਿਣ ਲੱਗੇ ਕਿ ਇਹਨਾਂ 20 ਦਿਨਾਂ ਦੇ ਅੰਦਰ ਹੀ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਕੇਵਲ ਤੇ ਕੇਵਲ ਇੱਕੋ ਹੀ ਗੱਲ ਰਹਿ ਗਈ ਉਹ ਹੈ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਖਿੱਚ ਪ੍ਰੇਮ ਦੀ ਕਹਿੰਦੇ ਖਿੱਚ ਦਰਸ਼ਨਾਂ ਦੀ ਖਿੱਚ ਸ਼ਬਦ ਦੀ ਕਹਿੰਦੇ ਤੁੰਨ ਦੀ ਖਿੱਚ ਜਦ ਕਹਿੰਦੇ ਇਹੋ ਜੀ ਚੀਜ਼ ਮੇਰੇ ਮਨ ਦੇ ਵਿੱਚ ਰਹਿ ਗਈ ਮੈਨੂੰ ਪਤਾ ਨਹੀਂ ਲੱਗਾ ਕਿ 20 ਦਿਨ ਕਦ ਪੂਰੇ ਹੋ ਗਏ ਉਸ ਤੋਂ ਬਾਅਦ ਅੱਡੇ ਵਕੈਣ ਲੱਗੇ ਕਿ ਮੈਂ ਜਦ 20 ਦਿਨ ਦਾ ਇਹ ਟੂਰ ਖਤਮ ਹੋਇਆ ਤਾਂ ਮੈਂ ਰੋਂਦਾ ਕਰ ਲੌਂਦਾ ਦਿੱਲੀ 에ਅਰਪੋਰਟ ਚਲੇ ਗਿਆ ਉਥੋਂ ਵਾਪਸ ਗਿੰਦੇ ਫੇ ਅਸੀਂ ਹਨ ਆਪਣੇ ਯੂਕੇ ਇੱਥੇ ਲੰਡਨ ਦੇ ਵਿੱਚ ਘਰ ਆਪਣੇ ਪਹੁੰਚ ਗਏ ਪਰ ਮੇਰੇ ਅੰਦਰ ਜਿਹੜਾ ਇਹ ਵਿਛੋੜੇ ਦਾ ਬਰਾਗ ਸਗਾ ਡਾ ਭਾਰਾ ਸੀਗਾ ਕਿ ਮੈਂ ਇਸ ਨੂੰ ਹਨ ਸਹਿ ਨਹੀਂ ਸਕਿਆ ਪਰ ਆਉਣ ਲੱਗਾ ਮੈਂ ਇੱਕ ਫੋਟੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਆਰਮਦਾਸ ਜੀ ਦੇ ਮਹਾਰਾਜ ਦੇ ਨਾਲ ਦਰਬਾਰ ਸਾਹਿਬ ਦਾ ਲੈ ਕੇ ਆਇਆ ਤੇ ਵਰਕਿੰਦੇ ਉਹ ਵੱਡਾ ਦਰਬਾਰ ਸਾਹਿਬ ਦਾ ਫੋਟੋ ਮੈਂ ਆਪਣੇ ਘਰ ਦੇ ਜਿਹੜੀ ਦੀਵਾਰ ਹੈਗੀ ਉਹਦੇ ਉੱਤੇ ਲਗਾ ਰੱਖਿਆ ਹੈਗਾ ਪਰ ਕਿੰਦੇ ਵੀ ਦੇਖੋ ਧੰਨ ਗੁਰੂ ਰਾਮਦਾਸ ਮਹਾਰਾਜੀ ਦੀ 20 ਦਿਨਾਂ ਵਿੱਚ ਐਸੀ ਕਿਰਪਾ ਹੋਈ ਆ ਕਿ ਮੈਂ ਕਿਸੇ ਵੀ ਸਮੇਂ ਜਦ ਵੀ ਕਿੰਦੇ ਵੀ ਮੈਂ ਹਣਤ ਇਸ ਫੋਟੋ ਦੇ ਮੂਰੇ ਚੌਂਕੜਾ ਲਾ ਕੇ ਬੈਠ ਜਾਂਦਾ ਤੇ ਜਦੋਂ ਉਹਨੂੰ ਧੰਨ ਧੰਨ ਸ੍ਰੀ ਦਰਬਾਰ ਸਾਹਿਬ ਜੀ ਦੇ ਇਸ ਪਵਿੱਤਰ ਦਰਸ਼ਨ ਦਾ ਕਿੰਦੇ ਧਿਆਨ ਧਰਦਾ ਹੈਗਾ ਤਾਂ ਅੰਦਰ ਜੋ ਵੀ ਸ਼ਬਦ ਚੱਲਦਾ ਹੈਗਾ ਉਹ ਸ਼ਬਦ ਨੂੰ ਕਹਿੰਦੇ ਮੈਂ ਦੱਸ ਸਕਦਾ ਹੈਗਾ ਕਿ ਇੱਥੇ ਕਿਹੜਾ ਸ਼ਬਦ ਚੱਲ ਰਿਹਾ ਹੈਗਾ ਇਹ ਗੱਲ ਜਿਹੜੀ ਇਹਨਾਂ ਤਕਰੀਬਨ 50 ਸਾਲ ਪਹਿਲਾਂ ਦੀ ਹੈਗੀ ਆ ਜਦੋਂ ਉਹਨਾਂ ਟਾਈਮਾਂ ਦੇ ਵਿੱਚ ਨਾ ਟੀਵੀ ਹੁੰਦੀ ਸੀ ਨਾ ਫੋਨ ਹੁੰਦੇ ਸੀਗੇ ਤੇ ਸਰਦਾਰ ਸਰੂਪ ਸਿੰਘ ਜੀ ਲੱਗ ਕਹਿਣ ਲੱਗੇ ਕਿ ਮੈਨੂੰ ਉਹ ਗੋਰਾ ਡੇਵ ਇਹ ਕਹਿਣ ਲੱਗਾ ਕਿ ਅਗਰ ਤੈਨੂੰ ਨਹੀਂ ਜਗੀਤ ਤਾਂ ਮੈਂ ਤੇਰੇ ਸਾਹਮਣੇ ਹੋਣੇ ਬੈਠ ਕੇ ਮੈਂ ਤੈਨੂੰ ਦੱਸ ਸਕਦਾ ਹੈਗਾ ਤੇ ਤੂੰ ਉੱਥੇ ਜਾ ਕੇ ਪੁੱਛ ਲਈ ਤੇ ਟਾਈਮ ਨੋਟ ਕਰ ਲਈ ਕਿ ਇਸ ਟਾਈਮ ਕਿਹੜਾ ਸ਼ਬਦ ਜਿਹੜਾ ਹੈਗਾ ਮੈਂ ਸੁਣਿਆ ਹੈਗਾ ਪਰ ਡੇਬ ਜਿਹੜੇ ਸੀ ਕਹਿੰਦੇ ਵੀ ਬਾਅਦ ਦੇ ਵਿੱਚ ਮੈਨੂੰ ਕਹਿਣ ਲੱਗੇ ਕਿ ਇਸ ਗੱਲ ਦਾ ਮੈਨੂੰ ਖੇਦ ਵੀ ਅਫਸੋਸ ਵੀ ਆਉ ਉਹ ਇਸ ਗੱਲ ਦਾ ਹੈਗਾ ਕਿ ਮੈਂ ਇਹ ਸ਼ਬਦ ਜਿਹੜਾ ਦਰਵਾਰ ਸਭ ਤੋਂ ਰੋਜ਼ ਇੱਥੇ ਸੁਣਦਾ ਕਿਸੇ ਵੀ ਟਾਈਮ ਸੁਣ ਸਕਦਾ ਹੈਗਾ ਪਰ ਇਹ 7 ਮਿੰਟ ਤੋਂ ਜ਼ਿਆਦਾ ਮੈਨੂੰ ਸੁਣਾਈ ਨਹੀਂ ਦਿੰਦਾ ਬਸ ਕੇਵਲ ਤੇ ਕੇਵਲ 7 ਮਿੰਟ ਸ਼ਬਦ ਚੱਲਦਾ ਹੈ ਉਸ ਤੋਂ ਬਾਅਦ ਫਿਰ ਮੈਂ ਉੱਠਦਾ ਹਾਂ ਫਿਰ ਦੁਬਾਰਾ ਜਿਹੜਾ ਹੈ ਜਦ ਦੁਬਾਰਾ ਬਿੰਨਾ ਫਿਰ 7 ਮਿੰਟ ਸ਼ਬਦ ਚੱਲਦਾ ਹੈ 7 ਮਿੰਟ ਤੋਂ ਬਾਅਦ ਕਹਿੰਦੇ ਇਹ ਸ਼ਬਦ ਜਿਹੜਾ ਅਜੇ ਤੱਕ ਵਧਿਆ ਨਹੀਂ ਹੈ ਤੇ ਮੇਰੇ ਮਨ ਦੇ ਵਿੱਚ ਖਾਸ਼ ਹੈਗੀ ਆ ਕਿ ਮੈਂ ਘੰਟਿਆਂ ਬਧੀ ਦਰਬਾਰ ਸਾਹਿਬ ਦਾ ਕੀਰਤਨ ਇੱਥੇ ਆਪਣੇ ਘਰ ਦੇ ਵਿੱਚ ਬੈਠਾ ਇਹ ਸੁਣਨ ਧਿਆਨ ਦੇ ਵਿੱਚ ਜਦੋਂ ਕਹਿੰਦੇ ਐਸੇ ਡੇਵ ਨੇ ਮੈਨੂੰ ਇਹ ਗੱਲ ਕਹੀ ਸੀ ਤੇ ਫਿਰ ਕਹਿੰਦੇ ਡੇਵ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਮੈਂ 7 ਮਿੰਟ ਦਾ ਟਾਈਮ ਵਧਾਉਣ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਰੋਜ਼ ਅਰਦਾਸਾਂ ਕਰਦਾ ਪਰ ਅਜੇ ਤੱਕ ਇਹ ਟਾਈਮ ਜਿਹੜਾ ਹੈ ਨਾ ਵਧਿਆ ਨਹੀਂ ਹੈ ਜਦ ਇੰਨੀ ਗੱਲ ਹੋਈ ਸੀ ਤਾਂ ਸਰਦਾਰ ਸਰੂਪ ਸਿੰਘ ਲਾਗ ਨੂੰ ਡੇਵ ਨੇ ਆਖਿਆ ਸੀਗਾ ਕਿ ਜੋ ਤੁਸੀਂ ਹੁਣ ਦਰਬਾਰ ਸਾਹਿਬ ਜਾਓ ਤੇ ਮੇਰੇ ਨਾਮ ਦੀ ਇੱਕ ਅਰਦਾਸ ਜ਼ਰੂਰ ਕਰੋ ਕਿ ਮੇਰਾ ਟਾਈਮ ਜਿਹੜਾ ਹਨਾ ਉਹ 24 ਘੰਟੇ ਅੱਠੇ ਪਰ ਖੁੱਲਾ ਹੋ ਜਵੇ ਤੇ ਜਦੋਂ ਮੇਰਾ ਚਿੱਤ ਕਰੇ ਮੈਂ ਉਹਦੇ ਧਿਆਨ ਦੇ ਵਿੱਚ ਧੰਨ ਗੁਰੂ ਆਰਮਦਾਸ ਮਹਾਰਾਜ ਦੇ ਸ਼ਬਦ ਦੀ ਜਿਹੜੀ ਧੁਨੀ ਹੈ ਉਸ ਨੂੰ ਸਰਪਨ ਕਰ ਸਕਾਂ ਸੋ ਇਹ ਬੜੀ ਅਸੀ ਬਚਿੱਤਰ ਘਟਨਾ ਸੀ ਜਿਹੜੀ ਦੇਵ ਦੇ ਨਾਲ ਉਹਨਾਂ ਟਾਈਮਾਂ ਦੇ ਵਿੱਚ ਹੋਈ ਸੀ ਸੋ ਕਹਿਣ ਤੋਂ ਪਾਵੇ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਕੇਵਲ ਤੇ ਕੇਵਲ ਧੰਨ ਗੁਰੂ ਆਰਮਦਾਸ ਮਹਾਰਾਜ ਹੀ ਵੱਸ ਜਾਂਦੇ ਆ બસ ਫੇਰ ਕੀ ਹੈ ਉਹਨਾਂ ਦੀਆਂ 9 ਨਿੱਦਾ ਤੇ 18 ਸਿੱਧਾਂ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਧੰਗੁਰੂ ਰਾਮਦਾਸ ਦੇ ਘਰ ਤੋਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹੈ ਇਸੇ ਤਰ੍ਹਾਂ ਹਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਜਿਹੜੇ ਉਹ ਲਿਖਦੇ ਜਾ ਕਿ ਇੱਕ ਉਹਨਾਂ ਦੇ ਮਿੱਤਰ ਮੁਸਲਮਾਨ ਸੀਗੇ ਉਹ ਇੱਥੇ ਦਰਬਾਰ ਸਾਹਿਬ ਹਮੇਸ਼ਾ ਪ੍ਰਕਰਮਾਂ ਵਿੱਚ ਰਹਿੰਦੇ ਹੁੰਦੇ ਸਨ ਉਸ ਟਾਈਮਾਂ ਦੇ ਵਿੱਚ ਤੇ ਭਾਈ ਸਾਹਿਬ ਹਣੀ ਦੱਸਦੇ ਸੀਗੇ ਕਿ ਉਹ ਜਿਹੜੇ ਮੁਸਲਮਾਨ ਵੀਰ ਸੀਗੇ ਇਸ ਦਰਬਾਰ ਸਾਹਿਬ ਰਹਿੰਦੇ ਹੁੰਦੇ ਸਕੇ ਤੇ ਇੱਥੇ ਸੇਵਾ ਕਰਦੇ ਹੁੰਦੇ ਸੀ ਤੋ ਸਾਨੂੰ ਕਹਿੰਦੇ ਹੁੰਦੇ ਸੀਗੇ ਕਿ ਮੈਂ ਮੱਕੇ ਵੀ ਜਾ ਆਇਆ ਮੈਂ ਹੋਰ ਵੀ ਕਈਆਂ ਸਥਾਨਾਂ ਦੀ ਹੱਜ ਦੀ ਯਾਤਰਾ ਵੀ ਕੀਤੀ ਸਭ ਕੁਝ ਕੀਤਾ ਪਰ ਜੋ ਧੰਗ ਗੁਰੂ ਆਰਮਦਾਸ ਮਹਾਰਾਜ ਦੇ ਦਰ ਦੇ ਵਿੱਚ ਹੈ ਉਹ ਕਿਧਰੇ ਵੀ ਕਿਤੇ ਵੀ ਕਿੰਦੇ ਕਿਸੇ ਨੂੰ ਕੋਈ ਪ੍ਰਾਪਤ ਨਹੀਂ ਹੁੰਦਾ ਸਭ ਕੁਝ ਇੱਥੇ ਦੁਰਲਭ ਹੈ ਜਦ ਇਹ ਗੱਲ ਕਹਿੰਦੇ ਉਹ ਮੁਸਲਮਾਨ ਜਿਹੜੇ ਸੀਗੇ ਕਹਿੰਦੇ ਸਾਨੂੰ ਦੱਸਦੇ ਹੁੰਦੇ ਸੀ ਵੀਰ ਸਾਡੇ ਉਸ ਤੋਂ ਬਾਅਦ ਭਾਈ ਸਾਹਿਬ ਹਣੀ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਮੈਂ ਕਿਤੇ ਕਿਤੇ ਜ਼ਿਆਦਾ ਜ਼ਿੰਦਗੀ ਚ ਪਰੇਸ਼ਾਨ ਹੋ ਜਾਣਾ ਕਈ ਵਾਰ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਖਿਆਲ ਆ ਜਾਣੇ ਮਨ ਦੀ ਜਦ ਢਿੰਦੀ ਕਲਾ ਹੋ ਜਾਣੀ ਕਹਿੰਦੇ ਉਹ ਜਿਹੜੇ ਮੁਸਲਮਾਨ ਸੀਗੇ ਮੇਰੇ ਮਨ ਦੀ ਹਾਲਤ ਦੇਖ ਕੇ ਸਾਡੇ ਘਰ ਆਪਣੇ ਆਪ ਪਹੁੰਚ ਜਾਂਦੇ ਸੀ ਤੇ ਉਸ ਟਾਈਮ ਕਹਿੰਦੇ ਜਦੋਂ ਮੈਂ ਢਿੰਦੀਆਂ ਕਲਾ ਚ ਹੁੰਦਾ ਸੀਗਾ ਤੇ ਕਹਿੰਦੇ ਮੇਰੇ ਨਾਲ ਮੇਰੀ ਕੁਰਸੀ ਦੇ ਬਰਾਬਰ ਬੈਠ ਕੇ ਤੇ ਮੈਨੂੰ ਕਹਿੰਦੇ ਸੀ ਕਿ ਆਪਣੀ ਬਾਹ ਥੋੜੀ ਅੱਗੇ ਕਰ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਸੀ ਕਿ ਜਦੋਂ ਮੈਂ ਆਪਣੀ ਬਾਹ ਥੋੜੀ ਅੱਗੇ ਕਰਦਾ ਹੁੰਦਾ ਸੀ ਤਾਂ ਫਿਰ ਕਹਿੰਦੇ ਮੇਰੀ ਮਾਂ ਦੇ ਉੱਤੇ ਕਹਿੰਦੇ ਫਿਰ ਇਸ ਤਰ੍ਹਾਂ ਹਣਾ ਹੌਲੀ-ਹੌਲੀ ਜਿਹੜੀ ਸੀ ਉਹ ਆਪਣੀਆਂ ਉਂਗਲਾਂ ਘਮਾਉਂਦੇ ਹੁੰਦੇ ਸੀ ਉਂਗਲਾਂ ਫੇਰਦੇ ਹੁੰਦੇ ਸੀ ਪਰ ਉਹਨਾਂ ਦੀਆਂ ਉਂਗਲਾਂ ਦੇ ਵਿੱਚ ਐਸੀ ਕشش ਹੁੰਦੀ ਸੀਗੀ ਐਸੀ ਚੁੰਬਕ ਸ਼ਕਤੀ ਹੁੰਦੀ ਸੀ ਕਿ ਜਿਸ ਦੇ ਨਾਲ ਮੇਰੀ ਬਾਹ ਦੇ ਵਿੱਚ ਬਿਜਲੀ ਵਰਗਾ ਕਰੰਟ ਪੈਦਾ ਹੋ ਜਾਂਦਾ ਸੀ ਤੇ ਮੇਰੀ ਜਿੰਨੀ ਵੀ ਟੈਂਦੀ ਕਲਾ ਸੀ ਜੋ ਵੀ ਥਕੇਵਾਂ ਸੀ ਬੇਚਾਨੀ ਸੀ ਖਮੋਸ਼ੀ ਸੀ ਉਦਾਸੀ ਸੀ ਸਾਰੀ ਤਤਕਾਲ ਦੂਰ ਹੋ ਜਾਂਦੀ ਸੀ ਐਸੀ ਕਿਰਪਾ ਕਿ ਦੇਵੀ ਉਸ ਮੁਸਲਮਾਨ ਵੀਰ ਤੇ ਹੋਸੀਗੀ ਤੇ ਉਹ ਇੱਥੇ ਹੀ ਦਰਬਾਰ ਸਭ ਜਿਹੜੇ ਸੀ ਉਹ ਪ੍ਰਕਰਮ ਅਜੇ ਬੈਠੇ ਸ਼ਬਦ ਸੁਣਦੇ ਰਹਿੰਦੇ ਸੀ ਤੇ ਸੇਵਾ ਕਰਦੇ ਰਹਿੰਦੇ ਸੀ ਇਸ ਤਰ੍ਹਾਂ ਇੱਕ ਨੰਤੀਆਂ ਵਾਲੇ ਸੰਤ ਵੀ ਭਾਈ ਸਾਹਿਬ ਭਾਈ ਵੀਰ ਸਿੰਘ ਹੋਏ ਆ ਉਹ ਵੀ ਜਿਹੜੇ ਨੰਤੀਆਂ ਵਾਲੇ ਸੰਤ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਬੜੇ ਕਰੀਬੀ ਮਿੱਤਰਤਾ ਉਹਨਾਂ ਦੇ ਨਾਲ ਹੋਈ ਸੀ ਉਹਨਾਂ ਦੀ ਤੇ ਭਾਈ ਸਾਹਿਬ ਹੁਣੇ ਦੱਸਦੇ ਸੀ ਕਿ ਇਹਨਾਂ ਨੰਤੀ ਵਾਲੇ ਸੰਤਾਂ ਨੇ 25 ਸਾਲ ਗਵਰਧਨ ਪਹਾੜ ਦੇ ਉੱਤੇ ਬੜਾ ਭਾਰੀ ਜਿਹੜਾ ਸੀ ਉਹ ਤਪੱਸਿਆ ਕੀਤੀ ਸੀ ਉਹਨਾਂ ਟਾਈਮਾਂ ਦੇ ਵਿੱਚ ਤੇ ਖਾਸ ਕਰਕੇ বেদ ਸ਼ਾਸਤਰ ਤੇ ਸਿਮਰਤੀਆਂ ਇਹਨਾਂ ਦੇ ਬੜੇ ਮਹਾਨ ਪੰਡਿਤ ਗਿਆਤਾ ਸੀ ਪਰ ਇੱਕ ਵਾਰ ਦਰਬਾਰ ਸਾਹਿਬ ਇੱਥੇ ਆਏ ਆ ਜੋ ਇਹ ਦਰਸ਼ਨ ਕੀਤੇ ਮੁੜ ਕੇ ਇੱਥੇ ਦੇਖੋ ਕੇ ਰਹਿ ਗਏ ਉਹਨਾਂ ਦੇ ਉੱਤੇ ਧੰਗੁਰੂ ਆਰੰਮਦਾਸ ਮਹਾਰਾਜ ਦੀ ਐਸੀ ਕਿਰਪਾ ਸੀ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਦੱਸਦੇ ਸੀਗੇ ਕਿ ਉਹ ਜਦ ਚਾਹਣ ਜਿੱਥੇ ਚਾਹਣ ਕਦੀ ਵੀ ਜਿਹੜੇ ਸੀ ਇਹਨਾਂ ਦੇਵ ਲੋਕਾਂ ਦੀ ਸੈਰ ਜਿਹੜੇ ਸੀਗੇ ਉਹ ਆਪਣੇ ਸ਼ੂਕਮ ਸਰੀਰਾਂ ਹੀ ਕਰ ਸਕਦੇ ਸੀ ਤੇ ਇੱਕ ਵਾਰ ਜਦੋਂ ਨੰਤਿਆ ਵਾਲੇ ਸੰਤ ਜਿਹੜੇ ਸੀ ਉਹ ਵਿਸ਼ਨੂੰ ਧਾਮ ਦੀ ਸੈਰ ਕਰਕੇ ਆਏ ਸੀ ਤੇ ਉਸ ਟਾਈਮ ਉਹਨਾਂ ਨੂੰ ਜ਼ੁਕਾਮ ਹੋਇਆ ਸੀਗਾ ਸੋ ਭਾਈ ਸਾਹਿਬ ਉਹਨਾਂ ਨੇ ਕਾਰਨ ਪੁੱਛਿਆ ਕਿ ਤੁਸੀਂ ਦਰਬਾਰ ਸਾਹਿਬ ਰਹਿੰਦੇ ਆ ਤੇ ਇੱਥੇ ਦਰਬਾਰ ਸਾਹਿਬ ਰਹਿੰਦੇ ਤੁਹਾਨੂੰ ਜ਼ੁਕਾਮ ਕਿਵੇਂ ਹੋ ਸਕਦਾ ਹੈ ਸੋ ਫੇ ਉਸ ਟਾਈਮ ਨੰਤਿਆ ਵਾਲੇ ਸੰਤਾਂ ਨੇ ਭਾਈ ਸਾਹਿਬ ਨੂੰ ਦੱਸਿਆ ਸੀਗਾ ਕਿ ਅੱਜ ਰਾਤ ਨੂੰ ਮੇਰਾ ਚੇਤ ਕੀਤਾ ਸੀ ਕਿ ਥੋੜੀ ਗਗਨ ਮੰਡਲ ਦੀ ਸੈਰ ਕਰਕੇ ਆਵਾਂ ਤੇ ਅੱਜ ਮੈਂ ਸਿੱਧਾ ਉਹਨਾਂ ਵਿਸ਼ਨੂੰ ਧਾਮ ਗਿਆ ਸੀਗਾ ਪਰ ਉੱਥੇ ਦੀ ਧੂੜ ਦੇਖ ਕੇ ਕਿੰਨੇ ਵੀ ਮੈਨੂੰ ਹੁਣ ਜਕਾਮ ਹੋ ਗਿਆ ਸੀਗਾ ਪਰ ਮੈਂ ਇਹ ਦੇਖਿਆ ਹੈਗਾ ਕਿ ਐਡੇ-ਐਡੇ ਧਾਮਾਂ ਦੇ ਵਿੱਚ ਵੀ ਅਗਰ ਅਸੀਂ ਚਲੇ ਜਾਈਏ ਤੇ ਉੱਥੇ ਵੀ ਬਿਮਾਰੀਆਂ ਸਾਡਾ ਪਿੱਛਾ ਨਹੀਂ ਛੱਡਦੀਆਂ ਪਰ ਇੱਥੇ ਦਰਬਾਰ ਸਾਹਿਬ ਧੰਗੁਰੂ ਰਾਮਦਾਸ ਜੀ ਦੇ ਬਚਨ ਨੇ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਇੱਥੇ ਤੱਕ ਕਰੋੜਾ ਜਨਮਾਂ ਦੇ ਪਾਪ ਇੱਕੋ ਹੀ ਟੁੱਬਕੀ ਦੇ ਨਾਲ ਉੱਤਰ ਜਾਂਦੇ ਆ ਐਸਾ ਜਿਹੜਾ ਇਹ ਅਸਥਾਨ ਸਭ ਤੋਂ ਪਵਿੱਤਰ ਤੇ ਅਗੰਮੀ ਮੰਨਿਆ ਜਾਂਦਾ ਹੈ ਇੱਕ ਵਾਰ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਨੇ ਇੱਕ ਵਾਰ ਸਾਰੇ ਸਿੰਘਾਂ ਨੂੰ ਅਕਾਲ ਤਖਤ ਸਾਹਿਬ ਦੇ ਕੋਲ ਸੰਦਿਆ ਸੀ ਬੁਲਾਇਆ ਸੀ ਤੇ ਉਹਦੇ ਵਿੱਚ ਸੰਤਾਂ ਨੇ ਸਾਰੇ ਸਿੰਘਾਂ ਨੂੰ ਆਖਿਆ ਸੀ ਕਿ ਤੁਹਾਡੇ ਵਿੱਚੋਂ ਕੋਈ ਸਿੰਘ ਨਸ਼ਾ ਤਾਂ ਨਹੀਂ ਕਰਦਾ ਅਗਰ ਕੋਈ ਨਸ਼ਾ ਕਰਦਾ ਹੈ ਤੇ ਇਸ ਤਰ੍ਹਾਂ ਕਰੋ ਸਾਰੇ ਸਿੰਘ ਜਾ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰੋ ਤੇ ਇਸ਼ਨਾਨ ਕਰਕੇ ਇੱਕ ਇੱਕ ਜਾਪ ਸਾਖ ਪਾਠ ਜਪਜੀ ਸਾਹਿਬ ਦਾ ਕਰੋ ਤੇ ਬਾਕੀ ਜੇ ਜਦ ਤੁਸੀਂ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਕਰੋਗੇ ਤੇ ਅਸੀਂ ਆਪਣੀ ਜਮਣੀ ਭਰ ਦਿੰਦੇ ਆ ਤੇ ਜਿਸ ਜਮਣੀ ਕਰਕੇ ਤੁਹਾਨੂੰ ਕੋਈ ਵੀ ਨਸ਼ਾ ਜਿਹੜਾ ਹੈ ਨਾ ਉਹ ਕਦੀ ਜ਼ੋਰ ਨਹੀਂ ਪਾਊਗਾ ਤਾਂ ਫਿਰ ਉਸ ਟਾਈਮ ਸਾਡੇ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਜਸਮਾਨ ਸਿੰਘ ਜੀ ਉਹ ਕਹਿੰਦੇ ਸੀ ਕਿ ਮੈਂ ਉਸ ਟਾਈਮ ਉੱਥੇ ਮੌਜੂਦ ਸੀਗਾ ਪਰ ਕਹਿੰਦੇ ਮੈਂ ਮੈਂ ਸੰਤ ਬਾਬਾ ਜਨਰਾਲ ਸੁਨ ਦੀ ਬਾਹਰ ਫੜ ਲਈ ਸੀ ਤੇ ਮੈਂ ਉਹਨੂੰ ਕਿਹਾ ਸੀਗਾ ਕਿ ਮੈਨੂੰ ਵੀ ਹੈ ਨਾ ਸਾਹ ਚੜਦਾ ਹੈਗਾ ਇਹ ਰੋਗ ਆ ਮੇਰੇ ਅੰਦਰ ਮੇਰੇ ਤੇ ਵੀ ਕਿਰਪਾ ਕਰੋ ਜਦ ਕਹਿੰਦੇ ਇੰਨੀ ਗੱਲ ਹੋਈ ਸੀ ਤੇ ਬਾਬਾ ਜਨੈਲ ਸੁਣ ਕੇ ਆਸੀ ਜਸਵੰਤ ਸਿੰਘ ਆ ਚਲ ਇਸ ਤਰ੍ਹਾਂ ਕਰ ਤੂੰ ਵੀ ਜਾ ਕੇ ਦਰਬਾਰ ਸਾਹਿਬ ਇਸ਼ਨਾਨ ਘਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰ ਤੇ ਬਸ ਕਹਿੰਦੇ ਜੇ ਤੂੰ ਇਸ ਤਰ੍ਹਾਂ ਕਰੂਗਾ ਤੇ ਜਾਮਣੀ ਅਸੀਂ ਭਰ ਦਿੰਦੇ ਆ ਤੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਕਹਿੰਦੇ ਸੀ ਕਿ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਕਦੀ ਸਾਹ ਨਹੀਂ ਚੜਿਆ ਸੋ ਕਹਿਣ ਤੋਂ ਪਾਵੇ ਆ ਕਿ ਗਰਵਾੜੀ ਨੇ ਆਖਿਆ ਕਿ ਡੱਠੇ ਸਭੇ ਥਾਮ ਨਹੀਂ ਤੋ ਦੇਇਆ ਇਸ ਤਰ੍ਹਾਂ ਦੀ ਇੱਕ ਨਹੀਂ ਅਨੇਕਾਂ ਹੀ ਕੋਤਕ ਹਰ ਰੋਜ਼ ਵਰਤਦੇ ਆ ਤੇ ਸੰਗਤਾਂ ਗੁਰੂ ਘਰ ਦੇ ਵਿੱਚ ਜਦ ਆਉਂਦੀਆਂ ਹੈਗੀਆਂ ਤੇ ਕਰੋ ਰੋਂਦੀਆਂ ਆਉਂਦੀਆਂ ਤੇ ਹਿੱਥੇ ਹੱਸਦੀਆਂ ਜਾਂਦੀਆਂ ਕਿਉਂਕਿ ਇਸ ਦਰ ਦੇ ਉੱਤੇ ਹਰੇਕ ਪ੍ਰਾਣੀ ਆਪਣੀਆਂ ਬਖਸ਼ਿਸ਼ ਦੀਆਂ ਝੋੜੀਆਂ ਲੈ ਕੇ ਆਪਣੇ ਘਰ ਨੂੰ ਵਾਪਸ ਆਉਂਦਾ ਹੈਗਾ ਸੋ 10 ਇਹ ਵਚਨ ਕਰਦਾ ਹੋਇਆ ਖਿਮਾ ਦਾ ਜਾਚਕਵਾਜੀ ਹੋਈਆਂ ਬਿਆੰਤ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ